ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਉਦੋਂ ਤੋਂ ਪੂਰੇ ਪੰਜਾਬ ਦੇ ਵਿੱਚ ਹਲਚਲ ਮਚ ਗਈ ਹੈ। ਇਸ ਤੋਂ ਬਾਅਦ ਜਿੱਥੇ ਇੱਕ ਪਾਸੇ ਕਿਸਾਨ ਖੁਸ਼ੀ ਵਿੱਚ ਨੱਚਦੇ ਤੇ ਲੱਡੂ ਵੰਡਦੇ ਦੇਖੇ ਗਏ ਨੇ, ਪਰ ਦੂਜੇ ਪਾਸੇ ਜੇਕਰ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਤਾਂ ਹੋਈ ਹੈ, ਪਰ ਪਰਿਵਾਰ ਤਰਸਯੋਗ ਹਾਲਾਤਾਂ 'ਚ ਜ਼ਿੰਦਗੀ ਬਤੀਤ ਕਰ ਰਹੇ ਨੇ। ਮੰਦਹਾਲੀ 'ਚੋਂ ਲੰਘ ਰਹੇ ਇਹ ਪਰਿਵਾਰ ਸਰਕਾਰਾਂ ਤੋਂ ਕੀ ਮੰਗ ਕਰ ਰਹੇ ਨੇ, ਸੁਣੋ। ਮੇਰਾ ਭਰਾ ਸੀ ਜਿਹੜਾ ਦਿੱਲੀ 'ਚ ਸ਼ਹੀਦ ਹੋਇਆ, ਮਹਿੰਦਰ ਸਿੰਘ, ਅਤੇ ਹੁਣ ਵੀ ਮੋਦੀ ਨੇ ਕਾਨੂੰਨ ਤਾਂ ਲੈ ਲਏ ਵਾਪਸ, ਅਤੇ ਵੀ ਜਿਹੜੇ ਜਵਾਨ ਬਾਗੇ ਅਤੇ ਉਹਨਾਂ ਲਈ ਇਹਨੇ ਮੋਦੀ ਨੇ ਕੀ ਬਣਕਾ ਕੀਤਾ ਵੀ ਉਹਨਾਂ ਦੇ ਹੱਕ ਕੋਈ ਮਨਜ਼ੂਰ ਕਰੇ ਨੇ? ਜੇ ਕਰੇ ਨੇ ਤਾਂ ਫਿਰ ਸਾਨੂੰ ਦੱਸਣ ਵੀ ਖੂਨਾਂ ਦੀਆਂ ਖੂਨਾਂ ਖੱਪ ਗਈਆਂ। ਬਹੁਤ ਮਹਿਸੂਸ ਹੋਇਆ ਉਹਨਾਂ ਦਾ। ਸਾਨੂੰ ਸਾਡੇ ਪਾਪਾ ਜੀ ਦੀ ਸ਼ਹਾਦਤ ਦੇ ਉੱਤੇ ਮਾਣ ਹੈ ਵੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾਈ। ਅਤੇ ਦੂਸਰੀ ਗੱਲ ਇਹ ਹੈ ਵੀ ਸਰਕਾਰ ਨੇ ਜਥੇਬੰਦੀਆਂ ਦੇ ਨਾਲ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਜਿਹੜੇ ਵੀ ਸ਼ਹੀਦ ਹੋਣਗੇ ਅੰਦੋਲਨ ਦੇ ਵਿੱਚ ਜਾਂ ਉੱਥੋਂ ਆ ਕੇ ਕਿਸਾਨ ਜਿਹੜੇ ਵੀ ਸ਼ਹੀਦ ਹੋਣਗੇ ਵੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ, ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਊਗੀ, ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਊਗਾ। ਪਰ ਸਰਕਾਰ ਨੇ ਹਜੇ ਤੱਕ ਕੋਈ ਵੀ ਇਹੋ ਜਿਹਾ ਮਤਲਬ ਕੁਛ ਦਿੱਤਾ ਨਹੀਂ ਹੈਗਾ, ਨਾ ਕਰਜ਼ਾ ਮਾਫ਼ ਕੀਤਾ ਹੈ, ਨਾ ਕੋਈ ਸਾਨੂੰ ਮੁਆਵਜ਼ਾ ਦਿੱਤਾ ਹੈ, ਨਾ ਕਿਸੇ ਪਰਿਵਾਰ ਦੇ ਜੀ ਨੂੰ ਕੋਈ ਨੌਕਰੀ ਦਿੱਤੀ ਹੈ। ਬਾਈ ਜੀ, ਯਾਦਗਾਰਾਂ ਸਰਕਾਰਾਂ ਬਾਅਦ 'ਚ ਬਣਾ ਲੈਣਾ, ਪਹਿਲਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਵੱਲ ਦੇਖਣਾ ਅਤੇ ਉਹਨਾਂ ਦੇ ਕਰਜ਼ੇ ਮਾਫ਼ ਕਰਨਾ, ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾਣ ਅਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਅਸੀਂ ਮੋਦੀ ਸਰਕਾਰ ਤੋਂ, ਸੈਂਟਰਲ ਗੌਰਮੈਂਟ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਵੀ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਪਰਿਵਾਰਾਂ ਵਾਸਤੇ ਕੀ ਸਹੂਲਤਾਂ ਦਿੱਤੀਆਂ, ਕੀ ਮੁਆਵਜ਼ਾ ਦਿੱਤਾ ਹੈ ਸੈਂਟਰਲ ਗੌਰਮੈਂਟ ਨੂੰ? ਅਸੀਂ ਇਹ ਚੀਜ਼ਾਂ ਪੁੱਛਣਾ ਚਾਹੁੰਦੇ ਹਾਂ। ਚਾਹੇ ਕੂਣ ਲੱਖ ਮਾਫ਼ ਹੋ ਗਏ ਪਰ ਉਹਨਾਂ ਪਰਿਵਾਰਾਂ ਦੇ ਜੀ ਕਦੇ ਵਾਪਸ ਨਹੀਂ ਆਉਂਦੇ ਜਿਨ੍ਹਾਂ ਦੇ ਵਿਛੜ ਗਏ। ਕਿਸੇ ਦਾ ਭਰਾ ਵਿਛੜ ਗਿਆ, ਕਿਸੇ ਦਾ ਪਿਤਾ ਵਿਛੜ ਗਿਆ, ਕਿਸੇ ਦਾ ਪਤੀ ਵਿਛੜ ਗਿਆ, ਪਰ ਉਹਨਾਂ ਪਰਿਵਾਰਾਂ ਬਾਰੇ ਵੀ ਗੌਰਮੈਂਟ ਨੂੰ ਕੁਛ ਨਾ ਕੁਛ ਸੋਚਣਾ ਜ਼ਰੂਰੀ ਬਣਦਾ ਹੈ। ਅਸੀਂ ਜ਼ਰੂਰ ਮੰਗ ਕਰਦੇ ਹਾਂ ਜੀ, ਜਿਵੇਂ ਕਿ MSP ਲਾਗੂ ਕਰਕੇ ਨਾਲ ਦੀ ਨਾਲ ਇਹ ਕਾਨੂੰਨ ਜਿਹੜੇ ਵਾਪਸ ਨੇ ਇਹਨਾਂ ਦਾ ਰਿਟਰਨ 'ਚ ਸੰਸਦ 'ਚ ਪਾਸ ਕਰਕੇ ਜਲਦੀ ਤੋਂ ਜਲਦੀ ਜਿਹੜੇ ਵੀ ਕਿਸਾਨ ਉੱਥੇ ਬੈਠੇ ਨੇ, ਭੈਣ ਭਰਾ ਆਪਣੇ ਬੈਠੇ ਨੇ, ਸਾਰਿਆਂ ਨੂੰ ਜਲਦੀ ਵਾਪਸ ਕੀਤਾ ਜਾਵੇ। ਅੱਗੇ ਸਰਦੀ ਆ ਰਹੀ ਹੈ, ਸਰਦੀ 'ਚ ਵੀ ਹੋਰ ਬਥੇਰੀਆਂ ਜਾਨਾਂ ਜਾ ਸਕਦੀਆਂ, ਕਿਉਂਕਿ ਠੰਡ ਦੇ ਮੌਸਮ 'ਚ ਕੋਈ ਬਜ਼ੁਰਗ ਹੁੰਦਾ, ਕੋਈ ਬੱਚਾ ਹੁੰਦਾ, ਉੱਥੇ ਉਹ ਠੰਡ ਨਹੀਂ ਸਹਾਰ ਸਕਦੇ। ਮੋਦੀ ਸਰਕਾਰ ਨੇ ਜਿਹੜੇ ਇਹ ਕਾਨੂੰਨ ਲਿਆਂਦੇ ਸੀਗੇ ਉਹ ਰੱਦ ਉਹਨੇ ਕਰਤੇ, ਅਸੀਂ ਉਹਦਾ ਧੰਨਵਾਦ ਮੰਨਦੇ ਹਾਂ, ਪਰ ਅਸੀਂ ਉਹਨਾਂ ਚਿਰ ਨਹੀਂ ਮੰਨ ਰਹੇ ਜਿੰਨਾ ਚਿਰ ਉਹ ਸਾਨੂੰ ਲਿਖ ਕੇ ਨਹੀਂ ਦਿੰਦਾ, ਉਹਨਾਂ ਚਿਰ ਸਾਡੇ ਕੋਈ ਗੱਲ ਦਾ ਵਿਸ਼ਵਾਸ ਨਹੀਂ ਹੈਗਾ। ਬਾਕੀ ਸਾਡੇ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਨੇ ਦਿੱਲੀ ਦੇ ਵਿੱਚ, ਉਹਨਾਂ ਪਰਿਵਾਰਾਂ ਨੂੰ ਕਿਹਾ ਸੀ ਅਸੀਂ 5-5 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ, ਇੱਕ ਜੀ ਨੂੰ ਨੌਕਰੀ ਦੇਵਾਂਗੇ, ਸਾਰੇ ਕਰਜ਼ੇ 'ਤੇ ਲਖੀਰ ਮਾਰਾਂਗੇ, ਵੀ ਉਹ ਹਜੇ ਬਹੁਤ ਘੱਟ ਕਿਸਾਨਾਂ ਨੂੰ ਕਰਜ਼ਾ ਮਿਲਿਆ, ਪਰਸੈਂਟਾਂ ਦੇ ਵਿੱਚ ਹੀ ਦਿੱਤਾ ਕਰਜ਼ਾ, ਬਾਕੀ ਕਿਸਾਨ ਹਜੇ ਰਹਿੰਦੇ ਨੇ ਜਿਹੜੇ ਸ਼ਹੀਦ ਹੋਏ ਤੇ, ਉਹ ਕਰਜ਼ਾ ਦੇਣ ਸਾਨੂੰ 5-5 ਲੱਖ ਰੁਪਇਆ, ਇੱਕ ਜੀ ਨੂੰ ਨੌਕਰੀ ਦੇਣ ਅਤੇ ਕਰਜ਼ੇ 'ਤੇ ਲਖੀਰ ਮਾਰਨ ਉਹਨਾਂ ਦੇ। ਦੱਸਣਯੋਗ ਹੈ ਕਿ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੇ ਕਿਸਾਨ ਮਹਿੰਦਰ ਸਿੰਘ ਅਤੇ ਮਾਖਾਚਾਲ ਦੇ ਕਿਸਾਨ ਕੇਵਲ ਸਿੰਘ ਦੇ ਪਰਿਵਾਰ ਵੱਲੋਂ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ MSP ਦੀ ਗਰੰਟੀ ਦੇ ਨਾਲ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਲਿਖਤੀ ਰੂਪ 'ਚ ਜਲਦੀ ਪਾਸ ਕਰੇ ਤਾਂ ਕਿ ਦਿੱਲੀ ਧਰਨੇ 'ਚ ਬੈਠੇ ਕਿਸਾਨ ਵਾਪਿਸ ਆ ਸਕਣ। ਦੂਜੇ ਪਾਸੇ ਮੋਰਚੇ 'ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਪੰਜਾਬ ਸਰਕਾਰ ਨੇ ਜੋ ਕਰਜ਼ ਮਾਫ਼ੀ, ਮੁਆਵਜ਼ੇ ਅਤੇ ਨੌਕਰੀ ਦਾ ਐਲਾਨ ਕੀਤਾ, ਉਹ ਵੀ ਮੰਗ ਜਲਦੀ ਪੂਰੀ ਕੀਤੀ ਜਾਵੇ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ, ਫੋਨ ਚੱਕੋ, ਕਾਲ ਕਰੋ 90 419 90 419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।